साबका वित्त मंत्री मनप्रीत सिंह बादल दी मुश्किलों दे विच फिर हो सकदा वाधा। बठिंडा दे एक समाज सेवी वल्लों मुख्यमंत्री नूं लैटर लिख के की जा रही है अपील, विजिलेंस दी होवे इनकुआरी। दस दिए कि साबका वित्त मंत्री वल्लों अपना टर्म पूरी होने तो बाद जदों चंडीगढ़ विखे अपनी कोठी छड्डी सी तां उस दे विच काफ़ी सारा समान सी जो अपने नाल लै गए सन, उस नूं लै के काफ़ी सुरखियां दे विच रहे सन क्योंकि उन्हां दे रिश्तेदार ने आख्या सी कि असीं इह पैसे दे के समान खरीदे, सारी वीडियोग्राफी की है। लेकिन बठिंडा दे एक समाज सेवी वल्लों इसकी आर टी आई पाई गई सी ते आर टी आई दे विच सारा कुछ मामला दे विच होर ही कुछ इत्थे दिखाई दिता है। आर टी आई दे विच इह भी दस्सिया गया कि किसी तरह की कोई वीडियोग्राफी नहीं की गई, जिस नूं लै के उन्हां कहा कि हुण उह मुख्यमंत्री नूं इसकी अपील कर रहे हैं ते मंग कर रहे हैं कि इसकी बिजनेस तों इनकुआरी की जाए। की नाम है तुहाडा, की कहना चाहोगे जिहड़ी तुसीं आर टी आई पाई सी साबका वित्त मंत्री दे खिलाफ? जी, मैं सोनू मेशुरी नौजवान वेलफेयर सोसायटी तो। जदों सरकार बदली सी, पहला कांग्रेस की सरकार सी, उस तो बाद आम आदमी पार्टी की सरकार आई सी, तां उस दरमान बड़ी चर्चा हुई सी, मीडिया दे विच खबरां लगियां सीगियां कि मनप्रीत बादल जिहड़े साबका वित्त मंत्री हैगे इस टाइम, वह आपदी 47 नंबर कोठी जिहड़ी चंडीगढ़ दे विच सीगी उहदे विचों जदों गए तां काफ़ी फर्नीचर वगैरह का समान आपदे नाल लै गए, इस चीज़ का बड़ा इशू बनिया सीगा। ਤਾਂ ਉਹਨਾਂ ਦੇ ਰਿਸ਼ਤੇਦਾਰ ਵੱਲੋਂ ਵੀ ਇਹਦੇ ਵਿੱਚ ਸਫਾਈ ਪੇਸ਼ ਕੀਤੀ ਗਈ ਸੀਗੀ ਕਿ ਜਿਹੜਾ ਸਮਾਨ ਹੈਗਾ ਵੀ ਇਹ ਮਨਪ੍ਰੀਤ ਸਿੰਘ ਬਾਦਲ ਨੇ 2007 ਦੇ ਵਿੱਚ ਆਪ ਹੀ ਕਿਸੇ ਫਰਨੀਚਰ ਦੀ ਫਰਮ ਤੋਂ ਖਰੀਦਿਆ ਸੀਗਾ, ਨਾ ਕਿ ਕੋਈ ਸਰਕਾਰੀ ਸੀਗਾ। ਫਿਰ ਵੀ ਇਹਨਾਂ ਨੇ ਉਹਦੀ ਜਿਹੜੀ ਅਦਾਇਗੀ ਕਰਕੇ ਉਹਦੀ ਪੇਮੈਂਟ 1,84,000 ਰੁਪਇਆ ਦੇ ਕੇ ਤੇ ਉਹ ਜਿਹੜਾ ਹੈਗਾ ਬਕਾਇਦਾ ਜਿਹੜਾ ਆਕਸ਼ਨ ਦਾ ਪ੍ਰੋਸੈਸ ਹੈਗਾ ਉਹਦੇ ਥਰੂ ਜਿਹੜਾ ਇਹ ਸਮਾਨ ਜਿਹੜਾ ਉਹਨਾਂ ਨੇ ਲੈ ਲਿਆ ਸੀਗਾ ਤੇ ਬਕਾਇਦਾ ਇਸ ਸਾਰੇ ਸਮਾਨ ਦੀ ਜੋ ਵੀ ਇਹ ਸਮਾਨ ਸੀ ਵੀ ਇਹਦੀ ਵੀਡੀਓਗ੍ਰਾਫੀ ਵੀ ਕੀਤੀ ਗਈ ਸੀ, ਵੀ ਸਾਰਾ ਜਿਹੜਾ ਕੰਮ ਸੀ ਬੜਾ ਪਾਰਦਰਸ਼ੀ ਤੌਰ ਦੇ ਨਾਲ ਕੀਤਾ ਗਿਆ ਸੀਗਾ। ਇਸ ਸੰਬੰਧ ਦੇ ਵਿੱਚ BNR ਡਿਪਾਰਟਮੈਂਟ ਚੰਡੀਗੜ੍ਹ ਨੂੰ ਅਸੀਂ ਇੱਕ RTI ਪਾਈ ਸੀਗੀ ਜਿਹਦੇ ਵਿੱਚ ਅਸੀਂ ਉਹਨਾਂ ਨੂੰ ਜਿਹੜੀ ਇਸ ਜੋ ਗੱਲਬਾਤ ਸੀ ਇਹਦੀ ਅਸੀਂ ਜਾਣਕਾਰੀ ਮੰਗੀ ਸੀਗੀ। ਲੇਕਿਨ ਜਿਹੜੀ ਅੱਜ ਹੀ ਸਾਨੂੰ ਇਹ ਜਿਹੜੀ ਬਾਈ ਪੋਸਟ RTI ਜਿਹੜੀ ਇਹ ਪ੍ਰਾਪਤ ਹੋਈ ਹੈ ਜਿਹਦੇ ਵਿੱਚ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਵੀ ਇਹਨਾਂ ਨੇ ਜਿਹੜੇ ਜਵਾਬ ਦਿੱਤੇ ਹੈਗੇ ਆ ਵੀ ਨੰਬਰ 1 ਤਾਂ ਇਸ ਸਮਾਨ ਦੀ ਇਸ ਸਰਕਾਰੀ ਸਮਾਨ ਦੀ ਕੋਈ ਵੀ ਬੋਲੀ ਨਹੀਂ ਹੋਈ, ਦੂਸਰਾ ਜਿਹੜਾ ਹੈਗਾ ਉਹਨਾਂ ਵੱਲੋਂ ਦਾਅਵਾ ਕੀਤਾ ਗਿਆ ਸੀਗਾ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਵੱਲੋਂ ਵੀ ਇਹ ਜਿਹੜਾ ਸਮਾਨ ਹੈਗਾ ਇਹ ਮਨਪ੍ਰੀਤ ਸਿੰਘ ਬਾਦਲ ਜੀ ਨੇ 2007 ਦੇ ਵਿੱਚ ਆਪ ਹੀ ਬਣਾਇਆ ਸੀਗਾ। ਲੇਕਿਨ ਉਹਨਾਂ ਨੇ ਇਹ ਸਾਫ਼ ਲਿਖਿਆ ਹੈਗਾ ਕਿ ਇਹ ਸਮਾਨ ਸਰਕਾਰ ਵੱਲੋਂ ਜਿਸ ਰੇਟ ਤੇ ਖਰੀਦਿਆ ਗਿਆ ਸੀ ਉਸ ਰੇਟ ਤੇ ਹੀ ਅਦਾਇਗੀ ਸਾਬਕਾ ਮੰਤਰੀ ਵੱਲੋਂ ਕਰ ਦਿੱਤੀ ਗਈ, ਇਸ ਦੇ ਨਾਲ ਸਰਕਾਰ ਨੂੰ ਕੋਈ ਨੁਕਸਾਨ ਨਹੀਂ ਹੋਇਆ। ਆਹ 2 ਨੰਬਰ ਪੁਆਇੰਟ ਦੇ ਵਿੱਚ ਉਹਨਾਂ ਨੇ ਇਹ ਗੱਲ ਸਾਫ਼ ਲਿਖੀ ਹੈਗੀ ਹੈ। ਤੇ ਅਸੀਂ ਉਹਨਾਂ ਨੂੰ ਪੁੱਛਿਆ ਸੀਗਾ ਵੀ ਜਿਹੜਾ ਸਰਕਾਰੀ ਸਮਾਨ ਹੈ ਜੇ ਤੁਸੀਂ ਬਿਨਾਂ ਬੋਲੀ ਤੋਂ ਵੇਚਿਆ ਹੈਗਾ ਤਾਂ ਉਸ ਸੰਬੰਧੀ ਕੋਈ ਨਿਯਮ ਸ਼ਰਤਾਂ ਜਾਂ ਕੋਈ ਕਾਨੂੰਨ ਦੀ ਸਾਨੂੰ ਜਾਣਕਾਰੀ ਦਿੱਤੀ ਜਾਵੇ, ਲੇਕਿਨ ਸਾਨੂੰ ਇਸ ਦੇ ਵਿੱਚ ਕੋਈ ਵੀ ਜਾਣਕਾਰੀ ਉਹਨਾਂ ਨੇ ਇਸ ਚੀਜ਼ ਦੀ ਨਹੀਂ ਦਿੱਤੀ। ਜਦੋਂ ਕਿ ਆਪਾਂ ਨੂੰ ਪਤਾ ਹੈਗਾ ਸਾਰਿਆਂ ਨੂੰ ਵੀ ਸਰਕਾਰੀ ਦਫ਼ਤਰ ਜਾਂ ਸਰਕਾਰੀ ਅਦਾਰੇ ਦਾ ਜੇ ਕਬਾੜ ਵੀ ਹੋਵੇ, ਚਾਹੇ ਟੁੱਟਿਆ ਫੁੱਟਿਆ ਪੁਰਾਣਾ ਲੋਹਾ ਹੋਵੇ ਜਾਂ ਕੋਈ ਅਖਬਾਰਾਂ ਦੀ ਰੱਦੀ ਹੋਵੇ, ਉਹ ਵੀ ਉਹਦੀ ਵੀ ਬਕਾਇਦਾ ਜਿਹੜੀ ਹੈਗੀ ਹੈ ਨਿਲਾਮੀ ਦਾ ਨੋਟਿਸ ਕੱਢਿਆ ਜਾਂਦਾ, ਆਕਸ਼ਨ ਕੀਤੀ ਜਾਂਦੀ ਹੈ, ਫਿਰ ਵੇਚਿਆ ਜਾਂਦਾ ਹੈਗਾ। ਇਹ ਆਪਦੀ ਮਰਜ਼ੀ ਨਾਲ ਨਹੀਂ ਇਸ ਨੂੰ ਕੋਈ ਵੇਚ ਸਕਦਾ ਸਰਕਾਰੀ ਸਮਾਨ ਨੂੰ। ਤੇ ਇਸ ਦੇ ਵਿੱਚ ਇਹ ਸੀਗਾ ਵੀ ਉਹਨਾਂ ਨੇ ਕਿਹਾ ਸੀ ਵੀ ਇਹਦੀ ਵੀਡੀਓਗ੍ਰਾਫੀ ਕੀਤੀ ਗਈ ਸੀ, ਲੇਕਿਨ ਆ ਪੁਆਇੰਟ ਨੰਬਰ 4 ਦੇ ਵਿੱਚ ਸਾਫ਼ ਲਿਖਿਆ ਹੈਗਾ ਕਿ ਜਿਹੜਾ ਵੀ ਸਮਾਨ ਸ਼ਾਰਟ ਹੋਇਆ ਹੈਗਾ ਉਹਦੀ ਸਾਡੇ ਕੋਲ ਕੋਈ ਵੀ ਵੀਡੀਓ ਜਾਂ ਫੋਟੋਆਂ ਜਿਹੜੀਆਂ ਮੌਜੂਦ ਨਹੀਂ ਹੈ, ਮਤਲਬ ਇਹ ਹੋਇਆ ਹੀ ਨਹੀਂਗਾ। ਜੇ ਵੀਡੀਓ ਜਾਂ ਫੋਟੋਗ੍ਰਾਫੀ ਹੋਈ ਹੁੰਦੀ ਤਾਂ ਉਹਨਾਂ ਕੋਲ ਸਰਕਾਰੀ ਰਿਕਾਰਡ ਦੇ ਵਿੱਚ ਵੀ ਇਹ ਮੌਜੂਦ ਹੁੰਦਾ ਤੇ ਸਾਨੂੰ ਇਹਦੀ ਵੀ ਜਾਣਕਾਰੀ ਮਿਲ ਜਾਂਦੀ। ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਇਹ ਸਾਨੂੰ ਸਕੈਂਡਲ ਲੱਗ ਰਿਹਾ ਹੈਗਾ ਕਿ ਜਿਹੜਾ ਹੈਰੀਟੇਜ ਫਰਨੀਚਰ ਦੀ ਜਿਹੜੀ ਚਰਚਾ ਸੀਗੀ ਉਹ ਵਾਕਈ ਸੱਚ ਹੋ ਸਕਦੀ ਹੈ ਵੀ ਇਹ ਬੇਸ਼ਕੀਮਤੀ ਫਰਨੀਚਰ ਸੀਗਾ ਜਿਸ ਨੂੰ ਕਬਾੜ ਦੇ ਭਾਈ ਜਿਹੜਾ ਹੈਗਾ ਇਸ ਨੂੰ ਲੈ ਲਿੱਤਾ ਗਿਆ। ਤੇ ਅਸੀਂ ਇਸ ਸੰਬੰਧ ਦੇ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਅਸੀਂ ਇੱਕ ਸ਼ਿਕਾਇਤ ਭੇਜ ਰਹੇ ਹੈਗੇ ਆ ਤੇ ਅਸੀਂ ਮੰਗ ਕਰ ਰਹੇ ਹਾਂ ਵਿਜੀਲੈਂਸ ਇਨਕੁਆਇਰੀ ਦੀ ਵੀ ਇਹਦੀ ਸਾਰੀ ਵਿਜੀਲੈਂਸ ਇਨਕੁਆਇਰੀ ਕੀਤੀ ਜਾਵੇ ਤੇ ਜਿਹੜਾ ਸਰਕਾਰੀ ਸਮਾਨ ਬਿਨਾਂ ਕਿਸੇ ਬੋਲੀ ਤੋਂ ਜਿਹੜਾ ਇਹ ਵੇਚਿਆ ਗਿਆ ਹੈਗਾ ਸਾਰੇ ਡਿਪਾਰਟਮੈਂਟ ਦੇ ਖਿਲਾਫ ਜਿਹੜੇ ਕੋਈ ਜ਼ਿੰਮੇਵਾਰ ਅਧਿਕਾਰੀ ਹੈਗੇ ਆ ਜਾਂ ਕਰਮਚਾਰੀ ਆ ਉਹਨਾਂ ਦੇ ਖਿਲਾਫ ਮਾਨਦੀ ਕਾਰਵਾਈ ਕੀਤੀ ਜਾਵੇ।